ਬੜੇ ਹੀ ਚਾਵਾਂ ਨਾਲ ਰੱਖੜੀ ਬੰਨਣ ਗਈ ਸੀ ਭੈਣ ਤੇ ਭਰਾ ਨੇ ਵੀ ਬੜੇ ਚਾਅ ਨਾਲ ਬਣਾਈ ਸੀ ਰੱਖੜੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਰੱਖੜੀ ਸਾਡੀ ਆਖਰੀ ਰੱਖੜੀ ਹੋਵੇਗੀ। ਜਲੰਧਰ ਤੋਂ ਮਾਮਲਾ ਆਇਆ ਸਾਹਮਣੇ। ਬੀਤੇ ਦਿਨ ਆਪਣੇ ਭਰਾ ਨੂੰ ਰੱਖੜੀ ਬੰਨ ਕੇ ਵਾਪਸ ਜਾ ਰਹੀ ਸੀ ਉਸਦੀ ਭੈਣ। ਉਸੇ ਸਮੇਂ ਨਕੋਦਰ ਰੋਡ ਤੇ ਐਕਟਿਵਾ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿੱਚ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ। ਔਰਤ ਆਪਣੇ ਭਰਾ ਨੂੰ ਰੱਖੜੀ ਬੰਨ ਕੇ ਵਾਪਸ ਆ ਰਹੀ ਸੀ ਤੇ ਏਡਾ ਵੱਡਾ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮੌਕੇ ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮਾਮੀ ਜੀ ਸੀਗੇ ਇੱਥੇ, ਰੰਗ ਪੈਣ ਦਾ ਮੁੱਦਾ ਪੈਂਦਾ, ਰੱਖੜੀਆਂ ਬੰਨਣ ਆਏ ਸੀਗੇ ਤੇ ਸਾਨੂੰ ਫੋਨ ਆਇਆ ਸੀਗਾ ਵੀ ਡੈਥ ਹੋ ਗਈ, ਉਹਨਾਂ ਦੀ ਸੱਟ ਲੱਗੀ ਆ, ਅਸੀਂ ਨਾਲ ਹੀ ਇੱਥੇ ਪਹੁੰਚ ਗਏ। ਨਹੀਂ ਪਿਆ ਪਛਾਣਦਾ ਸਾਰ ਇਹ ਕੋਲ ਜੀ ਤੋਂ ਕੋਈ ਪੈਂਡਾ ਲੋਈਆਂ ਲੱਗ ਗਈ। ਇਹ ਜੀ ਇੱਕ ਲੇਡੀ ਸੀ ਐਕਟੋ ਤੇ ਆ ਰਹੀ ਸੀ, ਉਹਨਾਂ ਨੇ ਜਾਣਾ ਸੀ ਵਾਪਸ ਇੱਥੋਂ ਕਾਟਾ, ਇੱਕ ਕੱਟ ਤੋਂ ਮੁੱਕ ਜਾਣਾ ਸੀ ਪਿੱਛੇ ਪਿੱਛੋਂ ਇੱਕ ਗੱਡੀ ਆ ਰਹੀ ਸੀ, ਉਹਨਾਂ ਨੇ ਜਲੰਧਰ ਜਾਣਾ ਸੀ, ਉਹਦੇ ਵਿੱਚ ਆਪਸੀ ਐਕਸੀਡੈਂਟ ਹੋ ਗਿਆ ਇਹਨਾਂ ਦਾ। ਲੇਡੀਜ਼ ਜਿਹੜੀ ਆ ਮੌਕੇ 'ਤੇ ਡੈਥ ਹੋ ਗਈ ਹੈ, ਹੁਣ ਸਿਵਲ ਹੋਸਪਿਟਲ ਪਹੁੰਚਾਤਾ ਸੀ। ਇਹ ਲੇਡੀਜ਼ ਸ਼ਾਹਕੋਟ ਦੇ ਏਰੀਆ ਨਾਲ ਅਤੇ ਅਜੇ ਫਿਲਹਾਲ 'ਚ ਉਹਨੂੰ ਲੈ ਗਏ, ਅਜੇ ਜਿਹੜੀ ਉਹਨਾਂ ਦੇ ਕੀ ਕਾਰਵਾਈ ਕਰਵਾਉਣੀ ਚਾਹੀਦੀ ਕਾਰਵਾਈ ਕਰਦੇ ਅਤੇ ਫਿਲਹਾਲ ਹੋਸਪਿਟਲ 'ਚ